ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਲੁਧਿਆਣੇ ਦੇ ਵਿੱਚ ਅੱਜ ਪੈਟਰੋਲ ਪੰਪ ਬੰਦ ਨੇ, ਕਿਉਂਕਿ ਬੀਤੇ ਦਿਨ ਹੀ ਉੱਥੋਂ ਦੀ ਜਿਹੜੀ ਪੈਟਰੋਲ ਪੰਪਾਂ ਨਾਲ ਸੰਬੰਧਿਤ ਐਸੋਸੀਏਸ਼ਨ ਆ, ਉਹਨਾਂ ਨੇ ਫੈਸਲਾ ਲਿਆ ਸੀਗਾ ਕਿ ਅਸੀਂ ਹਰ ਐਤਵਾਰ ਪੰਪ ਬੰਦ ਰੱਖਿਆ ਕਰਾਂਗੇ, ਸਿਰਫ ਐਮਰਜੈਂਸੀ ਸੇਵਾਵਾਂ ਵਾਸਤੇ ਹੀ ਤੇਲ ਪਾਇਆ ਜਾਵੇਗਾ, ਜਿਵੇਂ ਉਹਦੇ ਵਿੱਚ ਫਾਇਰ ਬ੍ਰਿਗੇਡ ਹੋ ਗਿਆ ਜਾਂ ਐਂਬੂਲੈਂਸ ਹੋ ਗਈ, ਅਤੇ ਇਸ ਤੋਂ ਇਲਾਵਾ ਆਮ ਲੋਕਾਂ ਵਾਸਤੇ ਐਤਵਾਰ ਨੂੰ ਪੰਪ ਬੰਦ ਰਿਹਾ ਕਰਨਗੇ। ਇੱਕ ਤਾਂ ਮਸਲਾ ਜੁੜਿਆ ਹੋਇਆ ਹੈ ਕਮਿਸ਼ਨ ਦੇ ਨਾਲ, ਕਹਿੰਦੇ ਕਿ 8 ਸਾਲਾਂ ਤੋਂ ਸਾਡਾ ਕਮਿਸ਼ਨ ਨਹੀਂ ਵਧਿਆ, ਜਿਹੜਾ ਮਾਰਜਨ ਸਾਨੂੰ ਮਿਲਣਾ ਚਾਹੀਦਾ ਸੀ ਉਹ ਜਿੰਨਾ ਕੁ ਸ਼ੁਰੂ ਤੋਂ ਮਿਲਦਾ ਉਨਾ ਕੁ ਹੀ ਮਿਲ ਰਿਹਾ, ਅਤੇ ਇਸ ਤੋਂ ਇਲਾਵਾ ਹਰ ਥਾਂ ਦੇ ਉੱਤੇ ਐਤਵਾਰ ਦੀ ਛੁੱਟੀ ਹੁੰਦੀ ਹੈ ਤਾਂ ਸਾਨੂੰ ਵੀ ਛੁੱਟੀ ਚਾਹੀਦੀ ਹੈ, ਸਾਡੇ ਵਰਕਰਾਂ ਨੂੰ ਵੀ ਛੁੱਟੀ ਚਾਹੀਦੀ ਹੈ। ਇਸ ਕਰਕੇ ਐਤਵਾਰ ਨੂੰ ਅਸੀਂ 408 ਪੰਪ ਨੇ ਲੁਧਿਆਣੇ ਦੇ ਉਹ ਬੰਦ ਰੱਖਿਆ ਕਰਾਂਗੇ, ਚਾਹੇ ਉਹ ਪਿੰਡਾਂ ਦੇ ਵਿੱਚ ਨੇ ਚਾਹੇ ਉਹ ਸ਼ਹਿਰ ਦੇ ਵਿੱਚ ਨੇ। ਅਤੇ ਲੋਕ ਕਾਫੀ ਪਰੇਸ਼ਾਨ ਨਜ਼ਰ ਆਏ ਲੁਧਿਆਣਾ ਦੇ, ਜਾਂ ਜਿਹੜੇ ਲੁਧਿਆਣੇ ਦੇ ਵਿੱਚ ਦੀ ਹੁੰਦੇ ਹੋਏ ਕਿਤੇ ਹੋਰ ਜਾ ਰਹੇ ਸੀਗੇ, ਉਹਨਾਂ ਨੂੰ ਪੈਟਰੋਲ ਅਤੇ ਡੀਜ਼ਲ ਪਵਾਉਣ ਦੇ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਾਂਜੀ, ਮਸ਼ੀਨਾਂ ਬੰਦੇ ਤੇਲ ਪਵਾਉਣਾ ਥਾ ਮਾਲਿਕੋ ਕਾ ਆਰਡਰ ਹੈ ਸਰ, ਸੰਡੇ ਕੋ ਬੰਦ ਰਹੇਗਾ। ਮਾਲਿਕੋ ਕਾ ਆਰਡਰ ਹੈ ਸੰਡੇ ਕੋ ਪੈਟਰੋਲ ਪੰਪ ਹਰ ਸੰਡੇ ਕੋ ਬੰਦ ਰਹੇਗਾ। ਐਮਰਜੈਂਸੀ ਵੀ ਨਹੀਂ ਦੋਗੇ? ਨਹੀਂ, ਬਿਲਕੁਲ ਵੀ ਨਹੀਂ, ਥੋੜ੍ਹਾ ਸਾ ਦੇ ਦਿਓ। ਮੈਂ ਵੀਰੇ ਢੈਬੀ ਪਿੰਡ ਤੋਂ, ਜੋਧਾ ਏਰੀਏ ਤੋਂ, ਅਤੇ ਮੈਂ ਰਾਹ 'ਚ ਜਿੰਨੇ ਵੀ ਪੈਟਰੋਲ ਪੰਪ ਦੇਖੇ ਸਾਰੇ ਜਵਾਬ ਸਾਰੇ ਹੀ ਮਨਾ ਕਰ ਰਿਹਾ ਤੇਲ ਪਾਉਣ ਨੂੰ, ਕਹਿੰਦੇ ਵੀ ਸਾਨੂੰ ਛੁੱਟੀ ਦਾ ਸਾਨੂੰ ਕੋਈ ਆਈਡੀਆ ਤਾਂ ਹੈ ਨਹੀਂ ਸੀ ਵੀ ਅੱਜ ਛੁੱਟੀ ਹੋਈ। ਰੇੜ ਕੇ ਲਿਆਈ ਹੋ ਮੋਟਰਸਾਈਕਲ? ਰੇੜ ਕੇ ਤਾਂ ਵੀਰੇ ਮੈਂ 2 ਕਿਲੋਮੀਟਰ ਤੋਂ ਲੈ ਕੇ ਆਇਆ, ਅਤੇ ਮੈਂ ਉਹ ਮਿਹਨਤਾਂ ਵੀ ਕਰੀਆਂ ਪੈਟਰੋਲ, ਮੈਂ ਕਿਹਾ ਯਾਰ ਪਾ ਦੇ ਵੀ ਮੈਂ ਕੰਮ 'ਤੇ ਜਾਣਾ, ਵੀ 7 ਵਜੇ ਮੈਂ ਪਹੁੰਚਣਾ ਸੀ ਜੋਬ 'ਤੇ, ਹੁਣ ਤੁਸੀਂ ਦੇਖ ਲਓ ਕਿੰਨਾ ਟਾਈਮ ਹੋ ਗਿਆ। ਕੀ ਲੱਗਦਾ ਇਹਨਾਂ ਨੇ ਪਹਿਲਾਂ ਅਲਰਟ ਕੀਤਾ ਹੋਇਆ ਜੀ 2 ਦਿਨ ਪਹਿਲਾਂ? ਪਹਿਲਾਂ ਅਲਰਟ ਸਾਨੂੰ ਕੋਈ ਮੈਸੇਜ ਅਸੀਂ ਤਾਂ ਕੋਈ ਸੁਣਿਆ ਨਹੀਂ ਹੈਗਾ, ਜਿੱਦਾਂ ਜੇ ਆਈਡੀਆ ਹੁੰਦਾ ਤਾਂ ਆਪਾਂ ਪਹਿਲਾਂ ਸੋਸ਼ਲ ਮੀਡੀਆ ਅਖਬਾਰਾਂ ਦੇ ਰਹੀਆਂ। ਸੋਸ਼ਲ ਮੀਡੀਆ ਵੀਰੇ ਆਮ ਬੰਦਾ ਸੋਸ਼ਲ ਮੀਡੀਆ ਕਿੰਨਾ ਚਲਾ ਲੂਗਾ, ਹੁਣ ਅਸੀਂ 7 ਵਜੇ ਜੋਬ 'ਤੇ ਜਾਣਾ, 7 ਵਜੇ ਘਰੇ ਆ ਜਾਣਾ, ਜਾ ਕੇ ਘਰੇ ਸੌਂ ਜਾਣਾ, ਇੰਨਾ ਆਈਡੀਆ ਨਹੀਂ ਹੁੰਦਾ ਬੰਦੇ ਨੂੰ। ਜਾਂ ਤਾਂ ਪਿੰਡ ਗੁਰਦੁਆਰੇ ਅਨਾਊਂਸਮੈਂਟ ਹੁੰਦੀ ਭਾਈ ਪੈਟਰੋਲ ਪੰਪ ਵਾਲੇ ਨੇ ਇੱਦਾਂ ਕੀਤਾ ਵੀ ਤੁਸੀਂ ਆਪਣਾ ਤੇਲ ਪਵਾ ਲਓ, ਕੰਮਾਂ ਕਾਰਾਂ ਵਾਲੇ ਬੰਦੇ ਪਰੇਸ਼ਾਨੀ ਪੂਰੀ ਹੈ ਜੀ। ਅਟੈਂਡੈਂਸ ਕੱਟ ਦੇਣੀ ਉਹਨਾਂ ਨੇ, ਸੈਲਰੀ ਕੱਟ ਦੇਣਗੇ, ਉਹਦਾ ਕੀ ਫਾਇਦਾ ਜੇ ਹੁਣ ਲੇਟ ਚਲੇ ਗਏ ਕੰਮ ਤੋਂ? ਪੂਰੇ ਲੇਟ ਆ ਜੀ। ਤੇਲ ਭਾਜੀ ਕਿੱਥੇ ਮਿਲਿਆ ਮਗਰੋਂ ਵੀ ਸਾਰੇ ਪੰਪ ਬੰਦ ਆ, ਸਾਰੇ ਬੰਦ ਆ ਟੋਟਲੀ, ਜਾਣ ਕੇ 2 ਦਿਨ ਇਹਨਾਂ ਨੂੰ ਭਾਜੀ ਪਹਿਲਾਂ ਜਾਣ ਕੇ ਦੱਸਣਾ ਚਾਹੀਦਾ ਵਾ। 2 ਦਿਨ ਪਹਿਲਾਂ ਇਹਨਾਂ ਨੇ ਇੱਕ ਪ੍ਰੈਸ ਅਨਾਊਂਸਮੈਂਟ ਕੀਤੀ ਸੀ, ਲੱਗਦਾ ਰੱਖਣੀ ਦੇ ਤਿਆਰ ਤੋਂ ਪਹਿਲਾਂ ਪੰਪ ਨਹੀਂ ਭਾਜੀ, ਉਹ ਇਹਨਾਂ ਨੇ ਕੱਲ ਹੀ ਜਾਣ ਕੇ ਆਪਣੇ ਨੈੱਟ ਦੇ ਵਿੱਚ ਪਾਈ ਸੀਗੀ, ਅਤੇ 2-3 ਦਿਨ ਪਹਿਲਾਂ ਦੱਸਿਆ ਉਹਦਾ ਚੱਲ ਬੰਦਾ ਉਹ ਜਿਹਾ ਹੱਲ ਕਰ ਲੈਂਦਾ। ਹੁਣ ਤੁਹਾਨੂੰ ਪਤਾ ਬੰਦੇ ਸਵੇਰੇ ਕੰਮਾਂ 'ਤੇ ਜਾਂਦੇ, ਸਾਹ ਬਣਾਉਂਦੇ ਆ, ਕਈ ਵਾਰ ਨਹੀਂ ਧਿਆਨ ਦਿੰਦਾ ਜੀ, ਤੁਹਾਨੂੰ ਪਤਾ ਜੀ। ਹੁਣ ਔਖਾ ਆਉਣ ਵਾਲੇ ਬੰਦੇ ਨਾਲ ਬਾਈ ਜੀ ਆਪਣੇ 15 ਕਿਲੋਮੀਟਰ ਤੋਂ ਆਇਆ, ਹੁਣ ਮੈਂ 15 ਕਿਲੋਮੀਟਰ ਤੋਂ ਆਇਆ ਭਾਜੀ, ਹੁਣ ਜੇ ਰਸਤੇ 'ਚ ਪ੍ਰੋਬਲਮ ਆਉਂਦੀ ਆ ਤਾਂ ਹੁਣ ਕਿਤੇ ਨੂੰ ਜਾਈਏ, ਰੋੜ ਕੇ ਲੈ ਕੇ ਜਾਣੇ ਪੈਣੇ ਆ ਜੀ। ਕੀ ਲੱਗਦਾ ਪਹਿਲਾਂ ਅਲਰਟ ਕੀਤਾ ਸੀ, ਧਿਆਨ ਨਹੀਂ ਦਿੱਤਾ ਤੁਸੀਂ? ਚਲੋ ਭਾਜੀ ਇਹਨਾਂ ਨੇ ਕੀਤਾ ਹੋਊਗਾ, ਗੌਰਮੈਂਟ ਨੇ ਪਹਿਲਾਂ ਚਲੋ ਨਹੀਂ ਸਾਡਾ ਧਿਆਨ ਸੀਗਾ, ਪਰ 2-3 ਦਿਨ ਪਹਿਲਾਂ ਜਾਣ ਕੇ ਇਹਨਾਂ ਨੂੰ ਮਾੜਾ ਮੋਟਾ ਕਰਨਾ ਚਾਹੀਦਾ, ਹੁਣ ਆਮ ਬੰਦੇ ਦਾ ਨਹੀਂ ਧਿਆਨ ਪੈਂਦਾ ਜੀ। ਹੁਣ ਖੱਜਲ ਖੁਆਰੀ ਹੋ ਰਹੀ ਹੈ, ਬਹੁਤ ਜ਼ਿਆਦਾ ਹੋ ਰਹੀ ਹੈ ਭਾਜੀ, ਹੁਣ ਜਾਈਏ ਕਿਤੇ ਨੂੰ 15 ਕਿਲੋਮੀਟਰ ਦੌੜ ਕੇ ਲੈ ਜਾਣਾ ਪੈਣਾ ਜੀ। ਪੰਪ ਵਾਲੇ ਇਹ ਕਹਿੰਦੇ ਵੀ ਪੰਪ ਅੱਜ ਬੰਦ ਆ ਐਤਵਾਰ ਕਰਕੇ ਸੰਡੇ ਕਰਕੇ, ਵੈਸੇ ਮੇਰਾ ਪਿੰਡ ਧਾਂਦਰਾ ਵਾ, ਪਹਿਲਾਂ ਧਾਂਦਰੇ ਪਿੰਡ ਤੋਂ ਹੀ ਪਵਾਲਣਾ ਤੇਲ, ਦੁੱਗੀ ਧਾਂਦਰਾ ਪਿੰਡ ਆ, ਧਾਂਦਰੇ ਪਿੰਡ ਤੋਂ ਹੀ ਵੈਸੇ ਮੈਂ ਪਵਾਲਣਾ, ਅੱਗੇ ਮੈਂ ਟੈਂਕੀ ਫੁੱਲ ਕਰਾਈ ਸੀ, ਇਸ ਕਰਕੇ ਵੀ ਇਹ ਪਤਾ ਤਾਂ ਮੈਨੂੰ ਸੀਗਾ ਵੀ ਕਹਿੰਦੇ ਬੰਦ ਕਰਨਾ ਇਹਨਾਂ ਨੇ, ਪਰ ਇਹ ਇਹਨਾਂ ਦੀ ਮਜਬੂਰੀ ਹੋਣ ਦੇ ਤਾਰ ਨੇ ਇਹਨਾਂ ਨੂੰ, ਮੈਂ ਇਹ ਕਹਿਣਾ ਚਾਹੁੰਦਾ ਵੀ ਪੰਪ ਵਾਲਿਆਂ ਨੂੰ ਵੀ ਪੰਪ ਖੁੱਲ੍ਹਣਾ ਚਾਹੀਦਾ, ਵੀ ਬੰਦ ਨਹੀਂ ਹੋਣਾ ਚਾਹੀਦਾ, ਆਮ ਜਨਤਾ ਨੂੰ ਤੰਗ ਨਹੀਂ ਹੋਣਾ ਚਾਹੀਦਾ। ਉਹ ਕਹਿੰਦੇ ਸਾਰੇ ਪਾਸੇ ਜਿਹੜੇ ਕੰਪਨੀਆਂ ਨੂੰ ਛੁੱਟੀ ਦਿੱਤੀ ਜਾਂਦੀ, ਅਸੀਂ ਵੀ ਇੱਕ ਛੁੱਟੀ ਲੈਣੀ ਚਾਹੁੰਦੇ ਨਹੀਂ, ਇੱਕ ਛੁੱਟੀ ਦੀ ਗੱਲ ਨਹੀਂ, ਗੱਲ ਹੈ ਵੀ ਸਾਰਾ ਹੁਣ ਜਿੰਨਾ ਨਿੰਗਣਾ ਉਹਨਾਂ ਨੇ ਤੇਲ ਪਵਾਉਣਾ ਹੀ ਪਾਉਣਾ। ਲੋਕ ਪਰੇਸ਼ਾਨ ਨੇ, ਲੋਕ ਬਾਹਲੇ ਪਰੇਸ਼ਾਨ ਨੇ, ਪਬਲਿਕ ਪਰੇਸ਼ਾਨ ਹੈ, ਸਰਕਾਰ ਹੀ ਪਰੇਸ਼ਾਨ ਆ, ਸਰਕਾਰ ਹੀ ਹੈ ਨਿਕੰਮੀ ਸਰਕਾਰ ਆ, ਇਹ ਨਿਕੰਮੀ ਸਰਕਾਰ ਹੈ, ਨਿਕੰਮੀ ਡਿਮਾਂਡ ਸੈਂਟਰ ਸਰਕਾਰ ਪੂਰੀ ਕਿਉਂ ਨਹੀਂ ਕਰਦੀ? ਇਹ ਸੈਂਟਰ ਸਰਕਾਰ ਦਾ ਕਸੂਰ ਆ, ਇਹ ਸੈਂਟਰ ਸਰਕਾਰ ਦਾ ਕਸੂਰ ਆ, ਇਹ ਵੱਡਾ ਕਸੂਰ ਆ ਇਹਦਾ।
ਜਿਹੜੇ ਬੈਠੇ ਵੱਡੇ ਵੱਡੇ ਬੈਠੇ ਉਹਨਾਂ ਨੂੰ ਨਹੀਂ ਕਰਦੇ, ਉਹਨਾਂ ਨੂੰ ਨਹੀਂ ਕਹਿ ਰਹੇ, ਉਹਨਾਂ ਨੂੰ ਕਿਉਂ ਨਹੀਂ ਕਹਿ ਰਹੇ? ਸਾਡਾ ਮਕਸਦ ਹੈ ਕਿ ਤੁਹਾਡੇ ਰਾਹੀਂ, ਸੋਸ਼ਲ ਮੀਡੀਆ ਰਾਹੀਂ ਜਾਂ ਬੈਨਰ ਪੋਸਟਰ ਰਾਹੀਂ ਅਸੀਂ ਇੰਟੀਮੇਟ ਕਰ ਰਹੇ ਹਾਂ। ਇਹ ਤਾਂ ਹੁਣ ਹਮੇਸ਼ਾ ਹੀ ਹੁੰਦਾ, 100% ਤਾਂ ਕਿਸੇ ਨੂੰ ਨਹੀਂ ਪਤਾ ਲੱਗਦਾ। ਲੱਗਦਾ ਸਰ ਕੁਛ ਮੰਗਾਂ ਨੂੰ ਲੈ ਕੇ ਤੁਹਾਡਾ ਜਿਹੜਾ ਰੇੜਕ ਹੈ ਉਹ ਬਰਕਰਾਰ ਹੈ, ਪਰ ਇਹ ਕਾਲ ਜਿਹੜੀ ਹੈ ਰੱਖੜੀ ਤੋਂ ਇੱਕ ਦਿਨ ਪਹਿਲਾਂ ਦਿੱਤੀ? ਰੱਖੜੀ ਤੋਂ ਇੱਕ ਦਿਨ ਪਹਿਲਾਂ ਨਹੀਂ, ਇਹ ਸਾਡੀ ਤਿਆਰੀ ਤਕਰੀਬਨ ਮਹੀਨੇ ਤੋਂ ਹੋ ਰਹੀ ਸੀ। ਇਹ ਹੁਣ ਅਸੀਂ ਡਿਸਾਈਡ ਕੀਤਾ ਹੈ, ਸਾਨੂੰ ਵੀ ਤਿਆਰੀ ਕਰਨੀ ਪੈਂਦੀ ਹੈ, ਉਹ ਤਿਆਰੀ ਮੁਕੰਮਲ ਕਰਕੇ ਅੱਜ ਅਸੀਂ ਨਿਕਲੇ ਹੋਏ ਹਾਂ। ਖਾਲੀ ਸਿਰਫ ਸੰਡੇ ਸੰਡੇ ਛੁੱਟੀ ਹੈ, ਕੋਈ ਸਟ੍ਰਾਈਕ ਨਹੀਂ ਹੈ, ਕੋਈ ਬੰਦ ਨਹੀਂ ਹੈਗੀ, ਅਸੀਂ ਆਪਣੀ ਛੁੱਟੀ ਲੈ ਰਹੇ ਹਾਂ ਬਸ। ਉਹ ਚੱਲਦੀਆਂ ਪਈਆਂ ਨੇ, ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ। ਅਸੀਂ ਸਵੇਰ ਦੇ 5 ਵਜੇ ਤੋਂ ਨਿਕਲੇ ਹੋਏ ਹਾਂ ਜੀ, ਮਤਲਬ ਜੇ ਇੱਕਾ ਦੁੱਕਾ ਕੋਈ ਬੰਦ ਨਹੀਂ ਹੈਗਾ ਉਹ ਸਾਰੇ ਭਰਾ ਨੂੰ ਰਿਕੁਐਸਟ ਕਰਕੇ ਉਹ ਬੰਦ ਕਰਾ ਰਹੇ ਹਾਂ। ਸਾਨੂੰ ਲੱਗਦਾ ਨਹੀਂ ਬੇਸਿਕਲੀ ਜੇ ਸ਼ਹਿਰ ਦੇ ਵਿੱਚ ਜੇ 408 ਪੈਟਰੋਲ ਪੰਪ ਨੇ ਉਹ 'ਚੋਂ ਜੇ 1-2 ਪੰਪ ਹੈਗਾ ਖੁੱਲ੍ਹੇ ਨੇ ਉਹ ਵੀ ਅਸੀਂ ਜਾ ਕੇ ਬੰਦ ਕਰਾ ਰਹੇ ਹਾਂ ਜੀ। ਸਾਡੀ ਟੀਮ ਸਾਰੇ ਪਾਸੇ ਲੱਗੀ ਹੋਈ ਹੈ, ਸਾਰੇ ਪਾਸੇ ਅਸੀਂ ਮੈਂਬਰ ਸਾਰੇ ਇਕੱਠੇ ਹੋ ਕੇ ਬੰਦ ਕਰਾ ਰਹੇ ਹਾਂ। ਸਾਡੇ ਪਿੰਡਾਂ ਵਾਲੇ ਨੌਜਵਾਨ ਹੁਣ ਮੋਟਰਸਾਈਕਲ ਰੇੜ ਕੇ ਲਿਆਏ, ਉਹ ਕਹਿੰਦੇ ਸਾਨੂੰ ਪਤਾ ਨਹੀਂ ਡਿਊਟੀ 'ਤੇ ਜਾਈਦਾ, ਰਾਤ ਨੂੰ ਆਈਦਾ, ਅਸੀਂ ਧਿਆਨ ਨਹੀਂ ਦਿੱਤਾ, ਪਰ ਹੁਣ ਰਿਕੁਐਸਟ ਕਰ ਰਹੇ ਨੇ, ਕਹਿੰਦੇ ਤੇਲ ਪਾ ਦਿਓ ਨਹੀਂ ਅਟੈਂਡੈਂਸ ਘੱਟੀ ਜਾਏਗੀ। ਅਸੀਂ ਨਾ 15 ਦਿਨ ਪਹਿਲਾਂ ਨਾ ਸਾਡੇ ਸਾਰੇ ਪੈਟਰੋਲ ਪੰਪਾਂ 'ਤੇ ਨਾ ਜੀ ਬੈਨਰ ਲੱਗ ਗਏ ਜੀ, ਸ਼ਾਇਦ ਤੁਸੀਂ ਉੱਥੇ ਦੇਖ ਵੀ ਸਕਦੇ ਹੋ, ਹਰ ਪੈਟਰੋਲ ਪੰਪ ਦੇ ਉੱਤੇ ਬੈਨਰ ਲੱਗੇ ਹੋਏ ਆ, ਅਤੇ ਤੁਹਾਡੇ ਰਾਹੀਂ ਵੀ ਅਸੀਂ ਸਾਰਿਆਂ ਨੂੰ ਕੀਤਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹਨਾਂ ਲੋਕਾਂ ਨੂੰ ਹੁਣ ਜਿਹਨਾਂ ਨੂੰ ਨਹੀਂ, ਇਹ ਤਾਂ ਹੁਣ ਜਾਣ ਕੇ ਕਰਨ ਵਾਲਾ ਕੰਮ ਹੈ ਜੀ। ਸਹੀ ਮੈਨੂੰ ਜੀ ਕੀ ਲੱਗਦਾ ਹੁਣ ਜਿਹੜੇ ਇੱਥੇ ਕਰਿੰਦੇ ਨੇ ਉਹ ਬਲੈਕ ਵੀ ਕਰ ਸਕਦੇ ਨੇ ਚੋਰੀ ਛੱਪੇ? ਨਹੀਂ ਨਹੀਂ ਇੱਦਾਂ ਦਾ ਕੁਛ ਨਹੀਂ ਹੈ ਜੀ, ਇੱਦਾਂ ਦਾ ਕੁਛ ਵੀ ਨਹੀਂ ਹੈ ਜੀ। ਐਸੋਸੀਏਸ਼ਨ ਦੇ ਇਸ ਫੈਸਲੇ ਦਾ ਅਸਰ ਪੂਰੇ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ, ਕਿਉਂਕਿ ਪੰਜਾਬ ਦੇ ਵਿੱਚ ਵੀ ਜਿੰਨੇ ਪੈਟਰੋਲ ਪੰਪ ਨੇ ਉਹ ਵੀ ਇਹ ਫੈਸਲਾ, ਇਹ ਕਦਮ ਚੁੱਕ ਸਕਦੇ ਨੇ। ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸੇ ਮਾਮਲੇ ਦੇ ਉੱਤੇ, ਯਾਨੀ ਕਿ ਆਪਣਾ ਕਮਿਸ਼ਨ ਵਧਵਾਉਣ ਵਾਸਤੇ ਅਤੇ ਜਾਂ ਫਿਰ ਹੋਰ ਮੰਗਾਂ ਨੂੰ ਲੈ ਕੇ ਪੈਟਰੋਲ ਪੰਪ ਮਾਲਕਾਂ ਨੇ ਹੜਤਾਲ ਕਰ ਦਿੱਤੀ ਸੀਗੀ। ਲੰਮਾ ਸਮਾਂ ਲੋਕਾਂ ਨੂੰ ਬਿਨਾਂ ਪੈਟਰੋਲ ਤੋਂ ਹੀ ਰਹਿਣਾ ਪਿਆ, ਪੰਪਾਂ ਦੇ ਬਾਹਰ ਲੰਮੀਆਂ ਲਾਈਨਾਂ ਦੇਖੀਆਂ ਗਈਆਂ, ਅਤੇ ਹੁਣ ਇਹ ਫੈਸਲਾ ਹੈ ਕਿ ਹਰ ਐਤਵਾਰ ਨੂੰ ਸਵੇਰੇ 6 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 6 ਵਜੇ ਤੱਕ ਲੁਧਿਆਣਾ ਦੇ ਵਿੱਚ ਪੰਪ ਬੰਦ ਰਿਹਾ ਕਰਨਗੇ, ਅਤੇ ਜੇਕਰ ਇਹਦਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਤਾਂ ਫਿਰ ਪੂਰੇ ਪੰਜਾਬ ਦੇ ਵਿੱਚ ਹੀ ਪੰਪ ਇਸ ਦਿਨ ਬੰਦ ਰਿਹਾ ਕਰਨਗੇ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।